ਕੌਣੀ ਵਾਲਿਆ, ਇਹ ਸਦੀਕ ਵੀ ਤੇਰਾ, ਸਦੀਕ ਦਾ ਸਾਰਾ ਮਾਲ ਵੀ ਤੇਰਾ ਹੈ, ਤਾਜਦਾਰੇ ਸਦਾਕਤ ਨਬੀ ਦੇ ਯਾਨ ਬਿਲਾਲ ਅਬਸ਼ੀ ਨੂੰ ਲੈਣ ਵਾਸਤੇ, ਉਹ ਮਈਆ ਚੌਂਕ ਦੇ ਅੰਦਰ ਨਬੀ ਦੇ ਯਾਨ ਬਿਲਾਲ ਨੂੰ ਪਿਆ ਮਾਰਦਾ ਹੈ, ਤੇ ਗਰੀਬ ਆ ਕੇ ਫਰਮਾਉਂਦੇ ਨੇ ਜ਼ਾਲਿਮਾ ਤੈਨੂੰ ਤਰਸ ਨਹੀਂ ਆ ਰਿਹਾ, ਕਿਉਂ ਗਰੀਬ ਨੂੰ ਮਾਰਨੇ, ਉਹ ਮਈਆ ਕਹਿਣ ਲੱਗਾ ਬਿਲਾਲ ਜੇ ਏਡਾ ਹੀ ਤਰਸੇ ਆਉਂਦਾ ਸਦੀਕ ਦੇ ਏਡਾ ਹੀ ਤਰਸੇ ਆਉਂਦਾ ਹੀ ਤੇ ਖਰੀਦ ਕੇ ਲੈ ਗਿਆ, ਤਾਜਦਾਰੇ ਸਦਾਕਤ ਫਰਮਾਇਆ ਝੱਲਿਆ ਕੀਮਤ ਬੋਲ ਮੈਂ ਤੇ ਘਰੋਂ ਬਿਲਾਲ ਖਰੀਦਣ ਲਈ ਆਇਆ, ਕਹਿਣ ਲੱਗਾ ਬਿਲਾਲ ਲੈਣਾ ਤੇ 1000 ਦਿਰਹਮ ਦੇਣਾ ਪਵੇਗਾ, ਤਾਜਦਾਰੇ ਸਦਾਕਤ ਨੇ ਥੈਲੀ ਕੱਢ ਕੇ ਉਹ ਮਈਆ ਦੀ ਤਲੀ ਤੇ ਲਾ ਦਿੱਤੀ, ਕਹਿਣ ਲੱਗਾ ਮਾਲਾ ਮੈਨੂੰ ਭੁਲੇਖਾ ਲੱਗੇ, ਅਗਰ ਬਿਲਾਲ ਲੈਣਾ ਤੇ 2000 ਦਿਰਹਮ ਦੇਣੇ ਪੈਣਗੇ, ਤਾਜਦਾਰੇ ਸਦਾਕਤ ਨੇ ਦੂਸਰੀ ਥੈਲੀ ਵੀ ਕੱਢ ਕੇ ਉਹ ਮਈਆ ਨੂੰ ਦੇ ਦਿੱਤੀ, ਸਾਰਾ ਕੁਝ ਇੱਕ ਗੁਲਾਮ ਵੀ ਦੇ ਦਿੱਤਾ, ਉਹਦੇ ਬੀਵੀ ਤੇ ਬੱਚੇ ਵੀ ਦੇ ਦਿੱਤੇ, ਸਾਰਾ ਕੁਝ ਦੇ ਕੇ ਨਬੀ ਦੇ ਯਾਰ ਬਿਲਾਲ ਹਬਸ਼ੀ ਨੂੰ ਖਰੀਦ ਲਿਆ, ਜਦੋਂ ਖਰੀਦ ਕੇ ਅਬੂ ਬਕਰ ਸਦੀਕ ਲੈ ਕੇ ਜਾਣ ਲੱਗੇ, ਉਹ ਮਈਆ ਕਹਿਣ ਲੱਗਾ ਸਦੀਕ ਮੈਂ ਤੈਨੂੰ ਬੜਾ ਸਿਆਣਾ ਤਾਜਰ ਜਾਣਦਾ ਰਿਹਾ, ਅੱਜ ਬੜਾ ਘਾਟੇ ਦਾ ਸੌਦਾ ਕਰਕੇ ਚੱਲੇ, ਅਬੂ ਬਕਰ ਸਦੀਕ ਫਰਮਾਇਆ ਜ਼ਾਲਿਮਾ ਘਾਟੇ ਦਾ ਸੌਦਾ ਕਿਵੇਂ ਹੋ ਗਿਆ, ਉਹ ਕਹਿੰਦਾ ਮੈਂ ਬਿਲਾਲ ਕੌੜੀਆਂ ਦੇ ਪਾ ਖਰੀਦਿਆ, ਇਹ ਬਿਲਾਲ ਬੱਕਰੀਆਂ ਤੇ ਭੇਡਾਂ 'ਚ ਖਲਾਰ ਕੇ ਵੇਚਿਆ ਜਾਂਦਾ ਰਿਹਾ, ਅੱਜ 23,000 ਦਾ ਖਰੀਦ ਲਈ, ਅਬੂ ਬਕਰ ਸਦੀਕ ਫਰਮਾਇਆ ਜ਼ਾਲਿਮਾ ਘਾਟੇ ਦਾ ਸੌਦਾ ਮੈਂ ਨਹੀਂ, ਅੱਜ ਘਾਟੇ ਦਾ ਸੌਦਾ ਤੂੰ ਕੀਤਾ ਹੈ, ਤੈਨੂੰ ਬਿਲਾਲ ਦਾ ਮੁੱਲ ਕਰਨਾ ਹੀ ਨਹੀਂ ਆਇਆ, ਇਹ ਬਿਲਾਲ ਮੇਰੇ ਨਬੀ ਨੂੰ ਪਸੰਦ ਆ ਗਿਆ, ਅੱਜ ਬਿਲਾਲ ਖਰੀਦਣ ਵਾਸਤੇ ਸਦੀਕ ਨੂੰ ਵਿਕਣਾ ਪੈਂਦਾ, ਮੈਂ ਆਪ ਵਿਕ ਜਾਣਾ ਸੀ ਬਿਲਾਲ ਲੈ। ਨੌਜਵਾਨ ਮਦੀਨੇ ਜਾ ਰਿਹਾ ਤੇ ਕਹਿੰਦਾ ਛੋਟ ਫਿਕਰ ਦੁਨੀਆ ਕੀ, ਚੱਲ ਮਦੀਨੇ ਚੱਲਦੇ ਹੈਂ, ਛੋਟ ਫਿਕਰ ਦੁਨੀਆ ਕੀ, ਚੱਲ ਮਦੀਨੇ ਚੱਲਦੇ ਹੈਂ, ਮੁਸਤਫਾ ਗੁਲਾਮੋ ਕੀ ਕਿਸਮਤ ਮੁਸਤਫਾ ਗੁਲਾਮੋ ਕੀ ਕਿਸਮਤ ਬਦਲਦੇ। ਬੱਚਾ ਸਫ਼ਰ ਕਰਦਾ ਜਵਾਨ ਮਦੀਨੇ ਪਹੁੰਚਿਆ, ਮਸਜਿਦ ਨਬਵੀ ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਸਹਾਬਾ ਦੇ ਇਜਤਮਾ ਵਿੱਚ ਬੈਠੇ ਤੇ ਮੇਰੇ ਆਕਾ ਦੀ ਨਜ਼ਰ ਇਸ ਜਵਾਨ 'ਤੇ ਪੈ ਗਈ, ਤੇ ਮੁਸਤਫਾ ਕਰੀਮ ਅਲੈਹਿ ਸਲਾਮ ਨੇ ਨਾ ਕਰੀਬ ਬੁਲਾਇਆ ਤੇ ਹਜ਼ੂਰ ਫਰਮਾਉਂਦੇ ਨੇ ਕਿੱਥੋਂ ਆਇਆ, ਅਰਦ ਕੀਤੀ ਕਮਲੀ ਵਾਲਿਆ ਮੈਂ ਮੱਕਿਓਂ ਆਇਆ, ਤੇ ਹਜ਼ੂਰ ਫਰਮਾਉਂਦੇ ਨੇ ਤੇਰਾ ਨਾਂ ਕੀ ਏ, ਤੇ ਕਹਿੰਦਾ ਤੇ ਹੋਵੇਗਾ ਸੋਹਣਿਆ ਆਸ਼ਕਾਂ ਦੇ ਕੀ ਨਾਂ ਹੁੰਦੇ ਨੇ ਜੋ ਦਿਲ ਕਹਿੰਦਾ ਜੇ ਰੱਖਦੇ ਹੋ, ਜੋ ਤੁਸੀਂ ਰੱਖਦੇ ਹੋ। ਮੇਰੇ ਆਕਾ ਫਰਮਾਇਆ ਤੇਰੇ ਮਾਪਿਆਂ ਤੇਰਾ ਨਾਂ ਕੀ ਰੱਖਿਆ, ਅਰਦ ਕੀਤੀ ਕਮਲੀ ਵਾਲਿਆ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਅਬਦੁਲ ਉਜ਼ਾ, ਹਜ਼ੂਰ ਫਰਮਾਇਆ ਉਜ਼ਾ ਤੇ ਬੁੱਤ ਦੇ ਨਾਂ ਤੋਂ ਵੇਂ, ਤੇ ਮੈਂ ਮੁਹੰਮਦ ਤੇਰਾ ਨਾਂ ਰੱਖਣਾ ਅਬਦੁੱਲਾ, ਕੀ ਨਾਂ ਰੱਖਣਾ ਅਬਦੁੱਲ
ਜਿਹੜਾ ਨਾਮ ਮੇਰੇ ਨਬੀ ਨੇ ਰੱਖਿਆ। ਸਾਰੀ ਦਾਸਤਾਨ ਇਸ ਜਵਾਨ ਨੇ ਨਬੀ ਕਰੀਮ ਨੂੰ ਸੁਣਾਈ ਤੇ ਮਸਜਿਦ ਨਬੀ ਸ਼ਰੀਫ ਵਿੱਚ ਬਹਿ ਕੇ ਨਾ ਇਹ ਨੌਜਵਾਨ ਇਹ ਹਜ਼ੂਰ ਦਾ ਆਸ਼ਿਕ ਤੇ ਹਜ਼ੂਰ ਦਾ ਗੁਲਾਮ ਉੱਚੀ ਉੱਚੀ ਕੁਰਾਨ ਪਿਆ ਪੜ੍ਹੇ ਤੇ ਹਜ਼ਰਤ ਆਕਾ ਉਮਰ ਪਾਕ ਰਜ਼ੀ ਅੱਲਾਹੁ ਤਾਲਾ ਨੂੰ ਨਾ ਨਬੀ ਕਰੀਮ ਦੀ ਬਾਰਗਾਹ 'ਚ ਆ ਕੇ ਸੁਣਿਆ ਇਹ ਉੱਚੀ ਕੁਰਾਨ ਪੜ੍ਹਦਾ ਆ ਜਿਹੜਾ ਨਵਾਂ ਦੀਵਾਨਾ ਨਹੀਂ ਆਇਆ। ਮੇਰੇ ਆਕਾ ਫਰਮਾਇਆ ਉਮਰ ਇਹਨੂੰ ਕੁਝ ਨਹੀਂ ਆਖਣਾ, ਇਹਦਾ ਬਾਪ ਕੋਈ ਨਹੀਂ ਤੇ ਸਾਰਾ ਕੁਝ ਛੱਡ ਕੇ ਮਾਂ ਮੁਹੰਮਦ ਦੇ ਇਸ਼ਕ ਪਿੱਛੇ ਆਇਆ ਹੈ। ਵੇਲਾ ਗੁਜ਼ਰਦਾ ਰਿਹਾ, ਇਹ ਜਵਾਨ ਮੇਰੇ ਨਬੀ ਦੇ ਨਾਲ ਨਾਲ ਇਹ ਕੈਸਾ ਮੇਰੇ ਨਬੀ ਦਾ ਆਸ਼ਿਕ ਹੈ ਜਿਹੜਾ ਹਰ ਵੇਲੇ ਹਜ਼ੂਰ ਦੇ ਨਾਲ ਫਿਰਦਾ ਹੈ। ਤੋ ਆਰਿਫਾਂ ਦੇ ਸੁਲਤਾਨ ਫਰਮਾਉਂਦੇ ਨੇ ਆਸ਼ਿਕ ਹੋਵੀ ਤੇ ਦਿਲ ਰੱਖੀ ਵਾਂਗ ਇਹ ਪਹਾੜਾ ਹੂ ਲੱਖ ਲੱਖ ਬਦੀਆਂ ਤੇ ਹਜ਼ਾਰ ਉਲਾਮੇ ਇਹ ਕਰ ਜਾਨੀ ਬਾਗ ਇਹ ਪਹਾੜ ਮਨਸੂਰ ਜੇ ਚੁੱਕ ਸੂਲੀ ਜਾੜੇ ਜਿਹੜੇ ਵਾਕਿਫ ਕੁੱਲ ਅਸਰਾਰਾ ਸਰ ਸਜਦੇ ਇਹ ਨਾ ਚੁੱਕੀਏ ਮੇਰਾ ਕਾਮਿਲ ਤੇ ਭਾਵੇਂ ਕਾਫਿਰ ਕੇਣ ਹਜ਼ਾਰਾਂ। ਇਹ ਜਵਾਨ ਹਰ ਵੇਲੇ ਨਬੀ ਕਰੀਮ ਦੇ ਨਾਲ ਨਾਲ ਗਜ਼ਵਾ ਤਬੂਕ ਦਾ ਵੇਲਾ ਆਇਆ, ਨਬੀ ਕਰੀਮ ਸੱਲੋ ਸੱਲਮ ਦੇ ਸਹਾਬਾ ਜੰਗ ਦੀ ਤਿਆਰੀ ਪੇ ਕਰਦੇ ਨੇ ਤੇ ਇਹ ਜਵਾਨ ਨਾ ਹਜ਼ੂਰ ਦਾ ਆਸ਼ਿਕ ਮੇਰੇ ਨਬੀ ਦੀ ਬਾਰਗਾਹ ਵਿੱਚ ਆਇਆ। ਅੱਜ ਕੀਤੀ ਕਮਲੀ ਵਾਲਿਆ ਜੰਗ 'ਤੇ ਚੱਲੇ ਹਾਂ, ਹਜ਼ੂਰ ਫਰਮਾਉਂਦੇ ਨੇ ਹਾਂ ਜੰਗ 'ਤੇ ਚੱਲੇ ਹਾਂ। ਅੱਜ ਕੀਤੀ ਸੋਹਣਿਆ ਮੈਂ ਨਾ ਤੁਹਾਡੇ ਕੋਲੋਂ ਦੁਆ ਕਰਾਉਣ ਆਇਆ, ਹਜ਼ੂਰ ਫਰਮਾਉਂਦੇ ਨੇ ਕਿਹੜੀ ਦੁਆਈ? ਅੱਜ ਕੀਤੀ ਸੋਹਣਿਆ ਜੰਗ 'ਤੇ ਜਾਈਏ, ਜੰਗ ਹੋਵੇ ਅਤੇ ਉਧਰੋਂ ਤੀਰ ਚੱਲਣ ਅਤੇ ਇਹ ਆ ਮੇਰੀ ਗਰਦਨ 'ਤੇ ਤੀਰ ਵੱਜੇ ਅਤੇ ਮੈਂ ਤੁਹਾਡੇ ਨਾਂ 'ਤੇ ਸ਼ਹੀਦ ਹੋ ਜਾਵਾਂ, ਮੈਂ ਤੁਹਾਡੇ ਨਾਂ 'ਤੇ ਅਤੇ ਮੁਸਤਫਾ ਕਰੀਮ ਦਾ ਆਸ਼ਿਕ ਸੀ ਨਾ। ਹਜ਼ੂਰ ਫਰਮਾਉਂਦੇ ਨੇ ਅੱਛਾ, ਉਹ ਟਹਿਣੀ ਹੈ ਨਾ ਉਹਦਾ ਛਿਲਕਾ ਉਤਾਰ ਕੇ ਲਿਆ, ਗਏ ਜਾ ਕੇ ਟਹਿਣੀ ਦਾ ਛਿਲਕਾ ਉਤਾਰਿਆ ਅਤੇ ਨਬੀ ਕਰੀਮ ਦੀ ਬਾਰਗਾਹ ਵਿੱਚ ਆ ਗਏ। ਹਜ਼ੂਰ ਛਿਲਕਾ ਬਾਜ਼ੂ 'ਤੇ ਬੰਨ੍ਹ ਕੇ ਨਾ ਅਤੇ ਨਾਲੇ ਬਾਜ਼ੂ 'ਤੇ ਹੱਥ ਫੇਰ ਕੇ ਫਰਮਾਉਂਦੇ ਨੇ ਚਲੋ ਜੰਨ 'ਤੇ ਚੱਲੇ ਹਾਂ, ਤੀਰ ਚੱਲਣ, ਤਲਵਾਰਾਂ ਚੱਲਣ, ਮਾਂ ਮੁਹੰਮਦ ਦੁਆ ਕਰਨਾ ਤੂੰ ਸ਼ਹੀਦ ਨਾ ਹੋ, ਤੂੰ ਸ਼ਹੀਦ ਹੈ, ਸੁਣਿਆ ਮੈਂ ਸ਼ਹਾਦਤ ਦੀ ਦੁਆ ਕਰਾਉਣਾ ਆ, ਤੁਸੀਂ ਫਰਮਾਉਂਦੇ ਹੋ ਤੂੰ ਸ਼ਹੀਦ ਨਾ ਹੋਵੇਂ। ਮੇਰੇ ਆਕਾ ਫਰਮਾਇਆ ਚੱਲ ਤੈਨੂੰ ਦਰਜਾ ਸ਼ਹਾਦਤ ਦਾ ਮਿਲੇਗਾ, ਤੂੰ ਤਲਵਾਰ ਨਾਲ ਨਹੀਂ ਤੂੰ ਬੁਖਾਰ ਦੇ ਨਾਲ ਦੁਨੀਆ ਤੋਂ ਜਾਵੇਂਗਾ। ਨਬੀ ਕਰੀਮ ਨੇ ਦੁਆ ਦੇ ਦਿੱਤੀ, ਇਹ ਦੀਵਾਨਾ ਸਰਕਾਰੇ ਦੁਆ ਆਲਮ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਨਾ ਗਜ਼ਵਾ ਤਬੂਕ ਵੱਲ ਜਾ ਰਿਹਾ। ਇੱਕ ਦਿਨ ਪਹਿਲੇ ਜਾਂ ਇੱਕ ਦਿਨ ਬਾਅਦ ਇਸ ਜਵਾਨ ਨੂੰ ਬੁਖਾਰ ਚੜ੍ਹ ਗਿਆ। ਨਬੀ ਕਰੀਮ ਦੇ ਸਾਰੇ ਸਹਾਬਾ ਜਮ੍ਹਾਂ, ਸਹਾਬਾ ਕਹਿਣਗੇ ਚੱਲ ਵੀ ਤੈਨੂੰ ਕਿਸੇ ਹਕੀਮ ਕੋਲ ਲੈ ਕੇ ਜਾਈਏ, ਚੱਲ ਤੈਨੂੰ ਕਿਸੇ ਤਬੀਬ ਕੋਲ ਲੈ ਕੇ ਜਾਈਏ। ਅਤੇ ਜਵਾਨ ਸਿਹਾਬਾ ਵੱਲ ਵੇਖ ਕੇ ਆਉਂਦਾ ਟੂਣੇ ਅਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਟੂਣੇ ਅਤੇ ਦਵਾਈਆਂ ਮੇਰੇ ਯਾਰ ਰਹਿਣ ਦੇ ਆਕਾ ਦੇ ਬਿਮਾਰਾਂ ਨੂੰ ਬਿਮਾਰ ਰਹਿਣ ਦੇ ਸੋਹਣੇ
ਸਰ ਇਹ ਜਵਾਨ ਦੀ ਰੂਹ ਨਿਕਲ ਗਈ, ਫੌਤ ਹੋ ਗਿਆ। ਨਬੀ ਕਰੀਮ ਸਹਾਬਾ ਨੂੰ ਨਾਲ ਲਿਆ ਤੇ ਆਪਣੇ ਆਸ਼ਿਕ ਦੀ ਕਬਰ ਬਣਾਉਣ ਵਾਸਤੇ ਨਬੀ ਕਰੀਮ ਆਪ ਗਏ। ਸਰਕਾਰ ਕਬਰ ਵਿੱਚ ਉਤਰ ਕੇ ਨਾ ਨਬੀ ਕਰੀਮ ਨੇ ਕਬਰ ਵੀ ਆਪ ਬਣਾਈ। ਜਦੋਂ ਆਸ਼ਿਕ ਦੀ ਕਬਰ ਤਿਆਰ ਹੋ ਗਈ, ਬਸ ਭਾਈ ਮੈਂ ਬਿਲਕੁਲ ਕਰੀਬ ਆ ਗਿਆ, ਆਸ਼ਿਕ ਦੀ ਕਬਰ ਤਿਆਰ, ਨਬੀ ਕਰੀਮ ਕਬਰ ਮੁਬਾਰਕ ਦੇ ਵਿੱਚ ਉਤਰੇ। ਸਰਕਾਰ ਕਬਰ ਚੋਂ ਬਾਹਰ ਨਹੀਂ ਆਏ। ਹਜ਼ਰਤ ਅਬਦੁੱਲਾ ਬਿਨ ਮਸੂਦ ਰਜ਼ੀ ਅੱਲਾਹੁ ਤਾਲਾ ਨੂੰ ਆਪ ਵੀ ਕਰੀਬ ਖੜੇ, ਕਈ ਸਹਾਬਾ ਕਰੀਬ ਖੜੇ ਨੇ। ਕੌਣ ਹੈ ਦੀਵਾਨੀ ਦੇ ਗੁਲਾਮ? ਨਬੀ ਕਰੀਮ ਕਬਰ ਚੋਂ ਬਾਹਰ ਨਹੀਂ ਆਏ, ਆਪਣੇ ਆਸ਼ਕ ਨੂੰ ਕਬਰ ਵਿੱਚ ਉਤਾਰ ਜਾਣਾ, ਮੈਂ ਆਪਣੇ ਆਸ਼ਕ ਨੂੰ ਹੱਥੀ ਕਬਰ ਦੇ ਵਿੱਚ ਉਤਾਰਨਾ ਵਾ, ਤੇ ਮੇਰਾ ਵਿਜਦਾਨ ਆਸ਼ਕ ਦੀ ਰੂਹ ਕਹਿੰਦੀ ਆਉਣੀ ਹੈ, ਇਹ ਆਰਜ਼ੂ ਨਹੀਂ ਕਿ ਆਪਣੀ ਜ਼ਿੰਦਗੀ ਤੇ ਮੁਸਤਫਾ ਕਰੀਮ ਦਾ ਰੰਗ ਚੜਾਇਆ। ਅੱਲਾ ਫਰਮਾਤਾ ਯੁਹਿਬੁਕੁਮ ਅੱਲਾਹ, ਫਿਰ ਮੈਂ ਰੱਬ ਵੀ ਉਹਨਾਂ ਨਾਲ ਪਿਆਰ ਕਰਨਾ, ਉਹਨਾਂ ਨਾਲ ਬੋਲੋ ਬੋਲੋ ਉਹਨਾਂ ਨਾਲ, ਸਾਰੇ ਬੋਲੋ ਉਹਨਾਂ ਨਾਲ, ਅੱਲਾਹ ਵੀ ਉਹਨਾਂ ਨਾਲ ਪਿਆਰ ਕਰਦੇ ਜਿਹੜੇ ਮੁਸਤਫਾ ਕਰੀਮ ਅਲੈਹਿ ਸਲਾਮ ਦਾ ਇਸ਼ਕ ਕਰਦੇ ਨੇ, ਜਿਹਨਾਂ ਆਪਣੀ ਜ਼ਿੰਦਗੀ ਤੇ ਨਬੀ ਕਰੀਮ ਦਾ ਰੰਗ ਚੜਾ ਲਿਆ। ਅਦੀਦਾਂ ਨੇ ਗ੍ਰਾਮੀ ਕਦਰ, ਕਿਉਂਕਿ ਮੈਨੂੰ ਮੈਸੇਜ ਵੀ ਗਿਆ, ਬਸ ਉਸ ਹਵਾਲੇ ਨਾਲ ਮੈਂ ਇੱਕ ਦੋ ਬਾਤਾਂ ਕਰਕੇ ਮੈਂ ਬਾਤ ਸਮੇਟਾਂ। ਉਹ ਲੋਕ ਜਿਹਨਾਂ ਆਪਣੀ ਜ਼ਿੰਦਗੀ ਤੇ ਨਬੀ ਕਰੀਮ ਅਲੈਹਿ ਸਲਾਮ ਦਾ ਰੰਗ ਚੜਾਇਆ, ਉਹਨਾਂ ਆਸ਼ਿਕਾਂ ਵਿੱਚੋਂ ਇੱਕ ਆਸ਼ਿਕ ਦਾ ਨਾਂ ਹਜ਼ਰਤ ਬਿਲਾਲੇ ਹਬਸ਼ੀ ਰਜ਼ੀ ਅੱਲਾਹੁ ਤਾਲਾ। ਇੰਜ ਨਹੀਂ, ਉੱਚਾ ਬੋਲੋ ਸੁਭਾਨ ਅੱਲਾਹ।
حضرت سیدنا بلال حبشی رضی اللہ تعالیٰ نو آپ خاندانی غلام نے بکریاں تے بھیڑاں چ کھلار کے حضرت بلال حبشی نو بیچیا جاندا ہے آپ ویکھتے وکاندے آئے تے امیہ بن خلف وغیرہ خریدیا عبداللہ بن جتان نے خرید کے نا تے حضرت بلال حبشی دی ڈیوٹی لا دیتی اونٹ چارن دی تے حضرت بلال حبشی نا اونٹ چاردے نے تے حبشیاں دا رنگ کالا ہوندا ہے آواز بڑی سونی ہوندی ہے رنگ کالا تے آواز بڑی سونی عبداللہ بن جتان تے حضرت بلال حبشی اونٹ چاردے نے کون ہے دیوالی دے غلاموں بلال حبشی نہیں اونٹ چارنے نالے میٹھی دی آواز دے نال دنیا داری دے گیت گانے دنیا داری دے نغمے گا رہے آسمان تے ملائکہ نے عرض کیتی اللہ ایدی آواز بڑی سونی ہے دنیا داری دے گیت گا رہے آواز قدرت آئی ملائکہ ویکھیا جے آن کریم نو یار دی غلامی عطا کراں گا آسان میری ہوے گی آواز بلال دی ہوے گی کعبے دی چھت تے اذان پڑھیا کرے گا جگ وی سنیا کرے گا رب وی سنیا کرے گا آن کریم میں بلال نو یار دی غلامی دیواں گا حضرت بلال حبشی رضی اللہ تعالیٰ نو آپ اونٹ پہ چار دے تے نبی کریم صلی اللہ علیہ وسلم دا گزر ہویا حضرت بلال حبشی دی نظر میرے نبی دے مکھ تے پہ گئی جدو حضرت بلال پاک رضی اللہ تعالیٰ نو آپ نے نبی کریم صلی اللہ علیہ وسلم نو ویکھیا نا عشق لگ گیا راتاں دی نیندر اڑ گئی تے دن دا چین اڑ گیا امیہ بن خلف ابو جال چل کے نہ عبداللہ بن جدان دے کول آ کے کہن لگے تیرا ایک غلام ہے جنہیں محمد کا کلمہ پڑھیا ہے ਤੇ ਇਹ ਇਤਨਾ ਅਮੀਰ ਹੈ ਇਹਨੂੰ ਪਤਾ ਹੀ ਨਹੀਂ ਇਹਨੂੰ ਖਬਰ ਹੀ ਨਹੀਂ ਕਿ ਇਹਦੇ ਗੁਲਾਮ ਕਿਤਨੇ ਨੇ ਇਹ ਕਹਿਣ ਲੱਗਾ ਜਿਹਨੇ ਮੁਹੰਮਦ ਦਾ ਕਲਮਾ ਪੜ੍ਹਿਆ ਹੈ ਉਹਨੂੰ ਲੈ ਜਾਓ ਅਤੇ ਮਾਰ ਮਾਰ ਕੇ ਮਾਰ ਦਿਓ ਇਤਨਾ ਮਾਰੋ ਕਿ ਅੱਜ ਤੋਂ ਬਾਅਦ ਕੋਈ ਮੁਹੰਮਦ ਦਾ ਕਲਮਾ ਨਾ ਪੜ੍ਹੇ ਉਮਈਆ ਬਿਨ ਖਲਫ ਨੇ ਆ ਕੇ ਹਜ਼ਰਤ ਬਿਲਾਲ ਹਬਸ਼ੀ ਨੂੰ ਵਾਲਾਂ ਤੋਂ ਪਕੜਿਆ ਲੈ ਕੇ ਆ ਗਿਆ ਇਮਤਿਹਾਨ ਸ਼ੁਰੂ ਹੋ ਗਏ ਕੌਣ ਹੈ ਦੀਵਾਨੀ ਦੇ ਗੁਲਾਮੋ ਸਾਰੀ ਰਾਤ ਨਬੀ ਦੇ ਯਾਰ ਨੂੰ ਮਾਰਿਆ ਉਮਈਆ ਬਿਨ ਖਲਫ ਆ ਕੇ ਬਿਲਾਲ ਹਬਸ਼ੀ ਨੂੰ ਪਿਆ ਮਾਰਦਾ ਏ ਇੱਕ ਥੱਕ ਜਾਂਦਾ ਦੂਜਾ ਮਾਰਦਾ ਦੂਜਾ ਥੱਕ ਜਾਂਦਾ ਤੀਜਾ ਮਾਰਦਾ ਏ ਮਾਰ ਮਾਰ ਕੇ ਕਹਿੰਦੇ ਨੇ ਬਿਲਾਲ ਦੱਸ ਮੁਹੰਮਦ ਦਾ ਦਾਮਨ ਛੱਡਣਾ ਹੀ ਕਿ ਨਹੀਂ ਛੱਡਣਾ ਹਜ਼ਰਤ ਬਿਲਾਲ ਹਬਸ਼ੀ ਫਰਮਾਉਂਦੇ ਨੇ ਜੇ ਮੈਂ ਆਖਾਂ ਮੈਂ ਨਬੀ ਕਰੀਮ ਦਾ ਦਾਮਨ ਨਹੀਂ ਛੱਡਣਾ ਤੇ ਕੀ ਕਰੋਗੇ ਕਹਿੰਦੇ ਬਿਲਾਲ ਤੇਰੀ ਜਾਨ ਲੈ ਲਵਾਂਗੇ ਨਬੀ ਦਾ ਦੀਵਾਨਾ ਅੱਖਾਂ 'ਚ ਅੱਖਾਂ ਪਾ ਕੇ ਕਹਿੰਦਾ ਮਾਰਨ ਵਾਲਿਓ ਮੇਰੀ ਜਾਨ ਹੀ ਲੈ ਲਓ ਜੇ ਮੁਹੰਮਦ ਦਾ ਦਿੱਤਾ ਇਮਾਨ ਹੀ ਨਾ ਰਿਹਾ ਮੈਂ ਰੱਬ ਦੀ ਦਿੱਤੀ ਜਾਨ ਕੀ ਕਰਨੀ ਇਹਨਾਂ ਹਜ਼ਰਤ ਬਿਲਾਲ ਹਬਸ਼ੀ ਨੂੰ ਮਾਰਨਾ ਮਾਰ ਮਾਰ ਕੇ ਕਹਿੰਦੇ ਬਿਲਾਲ ਦੱਸ ਕਿਹੜੀ ਮੱਟੀ ਦਾ ਬਣਿਆ ਤੈਨੂੰ ਦਰਦ ਨਹੀਂ ਆਉਂਦੀ ਹਜ਼ਰਤ ਬਿਲਾਲ ਅੱਖਾਂ 'ਚ ਅੱਖਾਂ ਪਾ ਕਦੇ ਇਸ਼ਕ ਕੀਤਾ ਉਮਈਆ ਕਹਿ ਲੱਗਾ ਇਸ਼ਕ ਕਿਹੜੀ ਬਲਾ ਦਾ ਨਾਂ ਏ ਬਿਲਾਲ ਕਹਿੰਦੇ ਨੇ ਕੀਤਾ ਹੀ ਨਹੀਂ ਤੈਨੂੰ ਪਤਾ ਵੀ ਨਹੀਂ ਤੈਨੂੰ ਯਾਦ ਤੇ ਆਉਣਾ ਜਦੋਂ ਕੋੜਾ ਮਾਰਨਾ ਮੈਂ ਅੱਖ ਬੰਦ ਕਰ ਲੈਂਦਾ ਵਾ ਉਮਈਆ ਕਹਿੰਦਾ ਏ ਤੇ ਹਰ ਵਾਰ ਵੇਖੀਏ ਜਦੋਂ ਵੀ ਕੋੜਾ ਮਾਰਿਆ ਬਿਲਾਲ ਤੂੰ ਅੱਖਾਂ ਬੰਦ ਕਰ ਲੈਂਦਾ ਏ ਬਿਲਾਲ ਨੇ ਅਬਸ਼ੀ ਫਰਮਾਇਆ ਇਸ਼ਕ ਦੇ ਵਿਹੜੇ ਦਾ ਜਦੋਂ ਤਾਲੀ ਵੀ ਅੱਖ ਬੰਦ ਕਰੇ ਸਾਹਮਣੇ ਮਤਲੂਬ ਆ ਜਾਂਦਾ ਏ
ਸਾਹਿਬੇ ਅੱਖ ਬੰਦ ਕਰੇ ਸਾਹਮਣੇ ਮਹਬੂਬ ਆ ਜਾਂਦੇ, ਜਦੋਂ ਆਸ਼ਿਕ ਅੱਖ ਬੰਦ ਕਰੇ ਸਾਹਮਣੇ ਮਸ਼ੂਕ ਆ ਜਾਂਦੇ, ਜਦੋਂ ਤੂੰ ਕੋੜਾ ਮਾਰਨੇ ਮੈਂ ਬਿਲਾਲ ਵੀ ਅੱਖ ਬੰਦ ਕਰਨਾ, ਜਦੋਂ ਬਿਲਾਲ ਅੱਖ ਬੰਦ ਕਰਦੇ ਸਾਹਮਣੇ ਰੱਬ ਦਾ ਰਸੂਲ ਆ ਜਾਂਦਾ, ਜਦੋਂ ਬਿਲਾਲ ਅੱਖ ਬੰਦ ਕਰੇ ਸਾਹਮਣੇ ਰੱਬ ਦਾ ਰਸੂਲ ਆ ਜਾਂਦੇ, ਜੋ ਹੈ ਕਿ ਨਹੀਂ ਬਿਲਾਲ ਅੱਖ ਬੰਦ ਕਰੇ ਤੇ ਸਾਹਮਣੇ ਰੱਬ ਦਾ ਰਸੂਲ ਆਉਂਦਾ ਹੈ, ਤੇ ਜਦੋਂ ਯਾਰ ਅੱਖਾਂ ਦੇ ਸਾਹਮਣੇ ਆ ਜਾਏ ਜਾਨ ਨਿਕਲ ਜਾਏ ਤੇ ਪਤਾ, ਬੋਲੋ ਬੋਲੋ ਪਤਾ, ਇਹਨਾਂ ਹਜ਼ਰਤ ਬਿਲਾਲ ਹਬਸ਼ੀ ਨੂੰ ਮਾਰ ਮਾਰ ਕੇ ਥੱਕ ਜਾਣਾ, ਤੇ ਅੱਜ ਕਿਸੇ ਦਾ ਯਾਰ ਦੁਖੀ ਹੋਵੇ ਤੇ ਯਾਰ ਕੋਲੋਂ ਵੇਖਿਆ ਨਹੀਂ ਜਾਂਦਾ, ਤਾਲਿਬ ਦੁਖੀ ਹੋਵੇ ਤੇ ਮਤਲੂਬ ਕੋਲੋਂ ਨਹੀਂ ਵੇਖਿਆ ਜਾਂਦਾ, ਆਸ਼ਿਕ ਦੁਖੀ ਹੋਵੇ ਤੇ ਮਸ਼ਹੂਰ ਕੋਲੋਂ ਨਹੀਂ ਵੇਖਿਆ ਜਾਂਦਾ, ਜਦੋਂ ਹਜ਼ਰਤ ਬਿਲਾਲ ਹਬਸ਼ੀ ਨੂੰ ਮਾਰ ਪੈਂਦੀ ਹੈ ਨਾ ਤੇ ਕਮਲੀ ਵਾਲੇ ਕੋਲੋਂ ਵੇਖਿਆ ਨਹੀਂ ਜਾਂਦਾ, ਤੇ ਹਜ਼ੂਰ ਸਹਾਬਾ 'ਚ ਬਹਿ ਕੇ ਫਰਮਾਉਂਦੇ ਨੇ ਸਹਾਬਾ ਤੁਹਾਡੇ ਵਿੱਚੋਂ ਕੌਣ ਹੈ ਬਈ ਜਿਹੜਾ ਬਿਲਾਲ ਮੁਹੰਮਦ ਵਾਸਤੇ ਖਰੀਦ ਕੇ ਲਿਆਵੇ, ਜਦੋਂ ਇਹਨੇ ਗੱਲ ਕੀਤੀ ਨਾ ਤੇ ਸਭ ਤੋਂ ਪਹਿਲੇ ਹਜ਼ਰਤ ਅਬੂ ਬਕਰ ਸਦੀਕ ਉੱਠ ਕੇ ਖਲੋ ਗਏ, ਅਰਜ਼ ਕੀਤੀ ਕਮਲੀ ਵਾਲਿਆਂ ਇਜਾਜ਼ਤ ਦਿਓ ਤੇ ਬਿਲਾਲ ਨੂੰ ਖਰੀਦਣ ਮੈਂ ਨਾ ਜਾਵਾਂ, ਬਿਲਾਲ ਨੂੰ ਖਰੀਦਣ ਮੈਂ ਨਾ ਜਾਵਾਂ, ਨਬੀ ਕਰੀਮ ਨੇ ਫਰਮਾਇਆ ਸਦੀਕ ਜਾ ਪਰ ਮੇਰਾ ਵੀ ਹਿੱਸਾ ਲੈ ਜਾ, ਹੱਥ ਜੋੜ ਕੇ ਅਰਜ਼ ਕੀਤੀ ਕਮਲੀ ਵਾਲਿਆ ਸਦੀਕ ਵੀ ਤੇਰਾ ਤੇ ਸਦੀਕ ਦਾ ਸਾਰਾ ਮਾਲ ਵੀ ਤੇਰਾ, ਇਹ ਸਦੀਕ ਵੀ ਤੇਰਾ ਤੇ ਸਦੀਕ ਦਾ ਸਾਰਾ ਮਾਲ ਵੀ ਤੇਰਾ, ਤੇ ਨਬੀ ਕਰੀਮ ਦੀ ਬਾਰਗਾਹ 'ਚ ਅਰਜ਼ ਕੀਤੀ ਕਿਆ ਪੇਸ਼ੀ ਸਦੀਕ ਵੀ ਤੇਰਾ, ਸਦੀਕ ਦਾ ਸਾਰਾ ਮਾਲ ਵੀ ਤੇਰਾ ਏ, ਤਾਜਦਾਰੇ ਸਦਾਕਤ ਨਬੀ ਦੇ ਯਾਨ ਬਿਲਾਲ ਹਬਸ਼ੀ ਨੂੰ ਲੈਣ ਵਾਸਤੇ, ਉਹ ਮਈਆ ਚੌਂਕ ਦੇ ਅੰਦਰ ਨਬੀ ਦੇ ਯਾਨ ਬਿਲਾਲ ਨੂੰ ਪਿਆ ਮਾਰਦਾ ਏ, ਤੇ ਗਰੀਬ ਆ ਕੇ ਫਰਮਾਉਂਦੇ ਨੇ ਜ਼ਾਲਿਮਾ ਤੈਨੂੰ ਤਰਸ ਨਹੀਂ ਆ ਰਿਹਾ, ਕਿਉਂ ਗਰੀਬ ਨੂੰ ਮਾਰਨੇ, ਉਹ ਮਈਆ ਕਹਿਣ ਲੱਗਾ ਬਿਲਾਲ ਜੇ ਏਡਾ ਹੀ ਤਰਸੇ ਆਉਂਦਾ, ਸਦੀਕ ਜੇ ਏਡਾ ਹੀ ਤਰਸੇ ਆਉਂਦਾ ਹੀ ਤੇ ਖਰੀਦ ਕੇ ਲੈ, ਤਾਜਦਾਰੇ ਸਦਾਕਤ ਫਰਮਾਇਆ ਝੱਲਿਆ ਕੀਮਤ ਬੋਲ ਮੈਂ ਤੇ ਘਰੋਂ ਬਿਲਾਲ ਖਰੀਦਣ ਲਈ ਆਇਆ, ਕਹਿਣ ਲੱਗਾ ਬਿਲਾਲ ਲੈਣਾ ਤੇ 1000 ਦਿਰਹਮ ਦੇਣਾ ਪਵੇਗਾ, ਤਾਜਦਾਰੇ ਸਦਾਕਤ ਨੇ ਥੈਲੀ ਕੱਢ ਕੇ ਉਮਈਆ ਦੀ ਤਲੀ ਤੇ ਲਾ ਦਿੱਤੀ, ਕਹਿਣ ਲੱਗਾ ਮਾਂ ਮੈਨੂੰ ਭੁਲੇਖਾ ਲੱਗੇ
ਦੂਸਰੀ ਥੈਲੀ ਵੀ ਕੱਢ ਕੇ ਉਮਈਆ ਨੂੰ ਦੇ ਦਿੱਤੀ, ਸਾਰਾ ਕੁਝ ਇੱਕ ਗੁਲਾਮ ਵੀ ਦੇ ਦਿੱਤਾ, ਉਹਦੇ ਬੀਵੀ ਤੇ ਬੱਚੇ ਵੀ ਦੇ ਦਿੱਤੇ, ਸਾਰਾ ਕੁਝ ਦੇ ਕੇ ਨਬੀ ਦੇ ਯਾਰ ਬਿਲਾਲ ਹਬਸ਼ੀ ਨੂੰ ਖਰੀਦ ਲਿਆ। ਜਦੋਂ ਖਰੀਦ ਕੇ ਅਬੂ ਬਕਰ ਸਦੀਕ ਲੈ ਕੇ ਜਾਣ ਲੱਗੇ, ਉਹ ਮਈਆ ਕਹਿ ਲੱਗਾ ਸਦੀਕ ਮੈਂ ਤੈਨੂੰ ਬੜਾ ਸਿਆਣਾ ਤਾਜਰ ਜਾਣਦਾ ਰਿਹਾ, ਅੱਜ ਬੜਾ ਘਾਟੇ ਦਾ ਸੌਦਾ ਕਰਕੇ ਚੱਲੇ। ਅਬੂ ਬਕਰ ਸਦੀਕ ਫਰਮਾਇਆ ਜ਼ਾਲਿਮਾ ਘਾਟੇ ਦਾ ਸੌਦਾ ਕਿਵੇਂ ਹੋ ਗਿਆ? ਉਹ ਕਹਿੰਦਾ ਮੈਂ ਬਿਲਾਲ ਕੌੜੀਆਂ ਦੇ ਪਾ ਖਰੀਦਿਆ, ਇਹ ਬਿਲਾਲ ਬੱਕਰੀਆਂ ਤੇ ਭੇਡਾਂ 'ਚ ਖਲਾਰ ਕੇ ਵੇਚਿਆ ਜਾਂਦਾ ਰਿਹਾ, ਅੱਜ 23,000 ਦਾ ਖਰੀਦ ਲਈ। ਅਬੂ ਬਕਰ ਸਦੀਕ ਫਰਮਾਇਆ ਜ਼ਾਲਿਮਾ ਘਾਟੇ ਦਾ ਸੌਦਾ ਮੈਂ ਨਹੀਂ, ਅੱਜ ਘਾਟੇ ਦਾ ਸੌਦਾ ਤੂੰ ਕੀਤਾ ਏ, ਤੈਨੂੰ ਬਿਲਾਲ ਦਾ ਮੁੱਲ ਕਰਨਾ ਹੀ ਨਹੀਂ ਆਇਆ, ਇਹ ਬਿਲਾਲ ਮੇਰੇ ਨਬੀ ਨੂੰ ਪਸੰਦ ਆ ਗਿਆ, ਅੱਜ ਬਿਲਾਲ ਖਰੀਦਣ ਵਾਸਤੇ ਸਦੀਕ ਨੂੰ ਵਿਕਣਾ ਪੈਂਦਾ, ਮੈਂ ਆਪ ਵਿਕ ਜਾਣਾ ਸੀ, ਬਿਲਾਲ ਲੈ ਜਾਣਾ ਸੀ, ਮੈਂ ਆਪ ਵਿਕ ਜਾਂਦਾ, ਬਿਲਾਲ ਖਰੀਦ ਕੇ ਲੈ ਜਾਂਦਾ। ਮੇਰੇ ਨਬੀ ਨੇ ਆਪਣੇ ਆਸ਼ਿਕ ਨੂੰ ਆਉਂਦਿਆਂ ਵੇਖਿਆ ਨਾ ਤੇ ਸਰਕਾਰ ਉੱਠ ਕੇ ਖਲੋ ਗਏ ਤੇ ਹਜ਼ੂਰ ਸੀਨੇ ਲਾ ਲਿਆ ਤੇ ਸੀਨੇ ਲਾ ਕੇ ਫਰਮਾਉਂਦੇ ਨੇ ਬਿਲਾਲ ਮੈਂ ਮੁਹੰਮਦ ਦੇ ਇਸ਼ਕ ਪਿੱਛੇ ਮਾਰ ਖਾ ਕੇ ਆਇਆ ਤੇ ਬਿਲਾਲ ਮੈਂ ਤੈਨੂੰ ਇਨਾਮ ਨਾ ਦੇਵਾਂ। ਅਰਜ਼ ਕੀਤੀ ਸੋਹਣਿਆ ਮੇਰਾ ਇਨਾਮ ਕੀ ਹੈ? ਮੇਰਾ ਕਫ ਮੈਂ ਬਿਲਾਲ ਤੇਰਾ ਇਨਾਮ ਏ ਵੇ, ਸਾਰੀਆਂ ਉਮਤਾਂ ਤੋਂ ਪਹਿਲੇ ਮੇਰੀ ਉਮਤ ਜੰਨਤ ਜਾਏਗੀ, ਸਾਰੇ ਨਬੀਆਂ ਤੋਂ ਪਹਿਲੇ ਮੈਂ ਮੁਹੰਮਦ ਜੰਨਤ ਜਾਵਾਂਗਾ। ਬਿਲਾਲ ਤੇਰੇ ਇਸ਼ਕ ਦਾ ਇਨਾਮ ਏ ਵੇ, ਤੂੰ ਮੇਰੇ ਨਾਲੋਂ ਵੀ ਪਹਿਲੋਂ ਜੰਨਤ ਜਾਏਗਾ, ਤੂੰ ਮੇਰੇ ਨਾਲੋਂ ਵੀ ਸੁਣਿਆ ਤੁਹਾਡੇ ਨਾਲੋਂ ਵੀ ਪਹਿਲੇ ਜੰਨਤ। ਮੇਰਾ ਕਫ ਮੈਂ ਹਾਂ ਬਿਲਾਲ ਸੁਣਿਆ ਕਿਵੇਂ? ਮੇਰਾ ਕਫ ਮੈਂ ਬਿਲਾਲ ਜਿਹੜੀ ਉਠਣੀ ਤੇ ਬਹਿ ਕੇ ਮੈਂ ਮੁਹੰਮਦ ਨੇ ਜਾਣਾ ਨਾ ਜੰਨਤ, ਉਹਦੀਆਂ ਬਾਗਾਂ ਫਲ ਕੇ ਅੱਗੇ ਅੱਗੇ ਮੇਰਾ ਬਿਲਾਲ ਜਾਂਦਾ ਹੋਵੇਗਾ। ਹਜ਼ਰਤ ਬਿਲਾਲ ਹਬਸ਼ੀ ਰਜ਼ੀਅੱਲਾਹੁ ਤਾਲਾ ਨੂੰ ਨਬੀ ਕਰੀਮ ਦੀ ਗੁਲਾਮੀ ਵਿੱਚ ਆਏ ਫਿਰ ਸਾਰੀ ਉਮਰ ਸਰਕਾਰ ਸੱਲੱਲਾਹੁ ਅਲੈਹਿ ਵਸੱਲਮ ਦੇ ਬੂਹੇ 'ਤੇ ਗੁਜ਼ਾਰੀ, ਹਜ਼ੂਰ ਦੀ ਗੁਲਾਮੀ 'ਚ ਗੁਜ਼ਾਰੀ। ਬਸ ਬਈ ਸੁਭਾਨ ਅੱਲਾਹ ਬੋਲੋ ਤੇ ਮੈਂ ਆਖਰੀ ਗੱਲ ਕਰਾਂ, ਉੱਚਾ ਸੁਭਾਨ ਅੱਲਾਹ ਬੋਲੋ। ਅੱਜ ਮੇਰਾ ਮੂਡ ਸੀ ਕਿ ਮੈਂ 2 ਘੰਟੇ ਤਕਰੀਰ ਕਰਦਾ, ਚੁੱਕੇ ਪਹਿਲੀ ਮਾਫਲ ਦੇ ਸੰਗੀਆਂ ਦੀ, ਪਰ ਬਿਲਕੁਲ ਵੀ ਸੌਣ ਇਜਾਜ਼ਤ ਨਹੀਂ ਦੇ ਰਿਹਾ ਅਤੇ ਹੁਣ ਮੈਨੂੰ ਵੀ ਕੋਈ ਮੇਰੀ ਤਬੀਅਤ ਇਜਾਜ਼ਤ ਨਹੀਂ ਦੇ ਰਹੀ ਕਿ ਮੈਂ ਅੱਗੇ ਨੂੰ ਗੁਫ਼ਤਗੂ ਕਰਾਂ, ਚੁੱਕਿ ਰੋਜ਼ 1-2-3 ਜਗ੍ਹਾ 'ਤੇ ਖਿਤਾਬ ਕਰਨਾ ਹੁੰਦਾ ਅਤੇ ਇੱਕ ਦਿਨ ਦਾ ਕੰਮ ਨਹੀਂ, ਇਹ ਰੋਜ਼ਾਨਾ ਦਾ ਕੰਮ ਅਤੇ ਰੋਜ਼ਾਨਾ ਆਉਣਾ ਰੋਜ਼ਾਨਾ ਜਾਣਾ ਅਤੇ ਸਾਰੇ ਮਾਮਲਾਤ ਵੇਖਣੇ ਪੈਣੇ। ਅਦੀ ਤਾਂ ਗ੍ਰਾਮੀ ਕਦਰ ਹਜ਼ਰਤ ਬਿਲਾਲ ਹਬਸ਼ੀ ਰਜ਼ੀਅੱਲਾਹੁ ਤਾਲਾ ਨੂੰ ਆਪ ਨਬੀ ਕਰੀਮ ਦੀ ਗੁਲਾਮੀ ਵਿੱਚ ਆਏ ਨਾ ਅਤੇ ਹਰ ਵੇਲੇ ਸਰਕਾਰ ਦੇ ਨਾਲ ਨਾਲ ਫਿਰਨਾ ਅਤੇ ਮੇਰੇ ਨਬੀ ਨੇ ਬਿਲਾਲ ਪਾਕ ਦੀ ਡਿਊਟੀ ਲਗਾ ਦਿੱਤੀ ਅਜ਼ਾਨ ਪੜ੍ਹਨ ਦੀ। ਇੱਕ ਦਿਨ ਅਜ਼ਾਨ ਪੜ੍ਹੀ ਗਈ, ਅਕਾਮਤ ਪੜ੍ਹੀ ਗਈ, ਹਜ਼ਰਤ ਬਿਲਾਲ ਨਹੀਂ ਆਏ। ਜਦੋਂ ਨਮਾਜ਼ ਪੜ੍ਹੀ ਗਈ ਨਾ ਤਾਂ ਬਿਲਾਲ ਹਬਸ਼ੀ ਮਸਜਿਦ ਨਬਵੀ ਦੇ ਅੰਦਰ ਆਏ। ਮੇਰੇ ਆਕਾ ਨੇ ਫਰਮਾਇਆ ਬਿਲਾਲ ਅਜ਼ਾਨ ਪੜ੍ਹਨੀ ਸੀ, ਕਿੱਥੇ ਗਏ ਸੋ? ਅਰਦ ਕੀਤੀ ਕਮਲੀ ਵਾਲਿਆ ਅਜ਼ਾਨ ਪੜ੍ਹਨ ਨਹੀਂ ਆਉਂਦਾ ਸਾ ਪਿਆ, ਪਰ ਜਦੋਂ ਗਲੀ 'ਚੋਂ ਗੁਜ਼ਰਿਆ ਨਾ ਤਾਂ ਫਾਤਿਮਾ ਜ਼ਾਰਾ ਦਾ ਬੂਹਾ ਆਇਆ ਅਤੇ ਕਮਲੀ ਵਾਲਿਆ ਅੰਦਰੋਂ ਨਾ ਹਸਨ ਅਤੇ ਹੁਸੈਨ ਦੇ ਰੋਣ ਦੀ ਆਵਾਜ਼ ਆਈ ਹੈ ਅਤੇ ਮੈਂ ਦਰਵਾਜ਼ਾ ਖੜਕਾ ਕੇ ਅਰਦ ਕੀਤੀ, ਸੈਯਦਾ ਅੰਦਰੋਂ ਕੌਣ ਪਿਆ ਰੋਂਦਾ ਹੈ? ਅਤੇ ਸੈਯਦਾ ਫਰਮਾਇਆ ਬਿਲਾਲ ਮੈਂ ਚੱਕੀ ਚਲਾਉਂਦੀ ਹਾਂ ਅਤੇ ਹੁਸੈਨ ਪਿਆ ਰੋਂਦਾ ਹੈ। ਅਤੇ ਮੈਂ ਅਰਦ ਕੀਤੀ ਤੁਸੀਂ ਇੰਝ ਕਰੋ, ਹੁਸੈਨ ਨੂੰ ਫੜ ਕੇ ਸੀਨੇ ਲਾ ਲਓ ਅਤੇ ਪਰਦੇ 'ਚ ਬਹਿ ਜਾਓ, ਚੱਕੀ ਮੈਂ ਚਲਾਉਂਦਾ। ਚੱਕੀ ਬੋਲੋ, ਚੱਕੀ ਅਤੇ ਸੁਣਿਆ ਮੈਂ ਫਾਤਿਮਾ ਜ਼ਾਰਾ ਦੇ ਘਰ ਨਾਲ ਚੱਕੀ ਚਲਾਉਂਦਾ ਰਿਹਾ ਅਤੇ ਮੇਰੇ ਨਬੀ ਝਿੜਕ ਨਹੀਂ ਮਾਰੀ, ਮੇਰੇ ਨਬੀ ਹਜ਼ਰਤ ਬਿਲਾਲ ਦਾ ਦਮ ਬਾਜ਼ੂ ਪਕੜਿਆ ਅਤੇ ਹਜ਼ੂਰ ਮਸਜਿਦ ਨਬਵੀ ਦੇ ਸੇਨ 'ਚ ਲੈ ਕੇ ਆਏ। ਮੇਰੇ ਆਕਾ ਫਰਮਾਇਆ ਸਹਾਬਾ ਕਿੱਦਾਂ ਨਸੀਬਾਂ ਵਾਲਾ ਮੇਰਾ ਬਿਲਾਲ ਹੈ, ਮੁਹੰਮਦ ਦੇ ਦਰ ਦੀ ਵੀ ਨੌਕਰੀ ਮਿਲੀ ਹੈ, ਫਾਤਿਮਾ ਦੇ ਘਰ ਦੀ ਵੀ ਨੌਕਰੀ ਮਿਲੀ ਹੈ।
ਕਿੱਡਾ ਨਸੀਬਾਂ ਵਾਲਾ ਮੇਰਾ ਬਿਲਾਲ ਏ। ਮੁਹੰਮਦ ਦੇ ਦਰ ਦੀ ਵੀ ਨੌਕਰੀ ਤੇ ਫਾਤਿਮਾ ਦੇ ਘਰ ਦੀ ਵੀ ਨੌਕਰੀ ਮਿਲੀ ਏ। ਤੇ ਹਜ਼ਰਤ ਬਿਲਾਲ ਜ਼ਾਰਾ ਦੇ ਮੂਹੇ ਚੰਗੀ ਚਲਾ ਕੇ ਦੱਸਿਆ ਅਜ਼ਮਤ ਏ ਆਲੇ ਨਬੀ ਭੂਲ ਨਾ ਜਾਣਾ ਲੋਗੋ ਅਜ਼ਮਤ ਏ ਆਲੇ ਨਬੀ ਭੂਲ ਨਾ ਜਾਣਾ ਰੁਕੀ ਬਾਤੋਂ ਮੇ ਨਯਾ ਨਾ ਲੋਗੋ ਅਜ਼ਮਤ ਆਲੇ ਨਬੀ ਭੂਲ ਨਾ ਜਾਣਾ ਲੋਗੋ ਕਬਰ ਮੇ ਪੂਛੇ ਫਰਿਸ਼ਤੇ ਸੁਣੀ ਤੇਰਾ ਤਾਰੁਫ ਕਿਆ ਹੈ ਕੀ ਮੁਹੰਮਦ ਦੇ ਦਰ ਦੀ ਵੀ ਨੌਕਰੀ ਫਾਤਿਮਾ ਦੇ ਘਰ ਦੀ ਵੀ ਨੌਕਰੀ ਅਗਰ ਮੈਂ ਇੱਕ ਇੱਕ ਆਸ਼ਿਕ ਦਾ ਜ਼ਿਕਰ ਕਰਾਂ ਤਾਂ ਬੜਾ ਵਕਤ ਦਰਕਾਰ ਹੈ। ਅੱਲਾਹ ਕਰੀਮ ਦੀ ਬਾਰਗਾਹ 'ਚ ਦੁਆ ਹੈ ਅੱਲਾਹ ਸਾਡੀ ਹਾਜ਼ਰੀ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਜਿਨ੍ਹਾਂ ਸੰਗੀਆਂ ਮਾਫਿਲ ਪਾਕ ਨੂੰ ਸਜਾਇਆ ਅੱਲਾਹ ਉਹਨਾਂ ਦਾ ਇਹਤਮਾਮ ਆਪਣੀ ਬਾਰਗਾਹ ਦੇ ਅੰਦਰ ਕਬੂਲ ਫਰਮਾਏ। ਸਦਾ ਵਸਦਾ ਰਵੇ ਤੇਰਾ ਦੁਬਾਰਾ ਯਾ ਰਸੂਲ ਅੱਲਾਹ, ਜਿੱਥੇ ਹੁੰਦੇ ਗਰੀਬਾਂ ਦਾ ਗੁਜ਼ਾਰਾ ਯਾ ਰਸੂਲ ਅੱਲਾਹ, ਕਿਸੇ ਨੂੰ ਮਾਲ ਦੌਲਤ 'ਤੇ ਕਿਸੇ ਨੂੰ ਹੈ ਇਬਾਦਤ 'ਤੇ, ਸੁਨੀਆਂ ਨੂੰ ਸਿਰਫ ਤੇਰਾ ਸਹਾਰਾ ਯਾ ਰਸੂਲ।